ਲੱਗਦਾ ਹੁਣ ਗਰਮੀਆਂ ਆ ਗਈਆਂ ਨੇ ਆ ਜਰਸੇ ਜੁਰਸੀ ਲਾ ਸੱਟੀਏ ਵਾਹ ਮਾਲਕ ਤੇਰੇ ਸ਼ਾਨ ਜੋਟੀ ਜੋਟੀ ਬੜਾ ਸ਼ੁਕਰੀਆ ਬੰਦਾ ਹਾਂ ਸੁਣਾ ਕਿਹਦੇ ਅੱਛਾ ਰੋਟੀ ਖਾਵਣੀ ਹੈ ਭੁੱਖਾ ਹੈ ਉਹ ਕੋਈ ਨੀ ਬਹੁਤ ਬਸਤੇ ਦੇ ਰਹੇ ਤੇ ਆ ਗਿਆ ਤੇ ਰੋਟੀ ਮੈਂ ਹੁਣੇ ਲਾਇਆ ਆਪਣਾ ਰੋਟੀ ਖਾ ਕੇ ਜਾਵੇ ਹੈ ਤੂੰ ਬਹੁ ਥਾਂ ਜਨਾਬ ਜਨਾਬ ਕੀ ਹਾਲ ਆ ਜੀ ਸ਼ੁਕਰ ਮੇਰੇ ਮਾਲਕ ਦਾ ਅੱਛਾ ਆਪਣੀ ਦੇਰਾਦਾਰੀ ਮਾਸ਼ਾਅੱਲਾ ਇਹ ਰਕਬਾ ਆਪਣਾ ਅੱਛਾ ਆ ਗਾਈਆਂ ਆਪਣੀਆਂ ਵਾਹ ਆ ਮੱਝੀਆਂ ਆਪਣੀਆਂ ਅੱਛਾ ਸੁਣਦਾ ਪਿਆ ਮੈਨੂੰ ਨਾ ਸ਼ੌਕ ਲੱਗਿਆ ਫਿਰਦਾ ਇੱਕ ਸੋਹਣੀ ਜਿਹੀ ਨਾ ਮੱਝ ਦਾ ਅੱਛਾ ਹਾਏ ਝੋਟੀ ਹੋਵੇ ਪਰ ਦੁੱਧ ਪੀਂਦਿਆਂ ਬੰਦਾ ਰੱਜੇ ਨਾ ਭਾਵੇਂ ਸਾਲ ਬਾਅਦ ਸੂਵੇ ਜੋਟੀ ਲੈ ਜਾਵੀ ਅੱਛਾ ਜੀ ਇਹ ਕਹੀ ਗੱਲ ਕੀ ਸਾਬਾ ਕਿਤਾਬਾ ਆ ਲੈਣੀ ਹੈ ਜੀ ਹਾਂ ਸੋਹਣੀ ਝੋਟੀ ਓਏ ਇਹ 80,000 80,000 ਜੀ ਤੀ ਕਰਨਾ ਕੋਈ ਸੂਈ ਹੋਈ ਨਾ ਕੁਝ ਪਹਿਲੇ 80,000 ਓਏ ਕਮਲਿਆ ਗੱਲ ਸੁਣ ਹੈ ਇਹ ਜੋਟੀ ਇਸ ਵਕਤ 80,000 ਦੀ ਨਾ ਹੋਵੇ ਅੱਛਾ ਇਹ ਕਸਾਈਆਂ ਦੇ ਹਿਸਾਬ ਵਿੱਚ 80,000 ਦੀ ਗੋਸ਼ਤ ਗੋਸ਼ ਕਿੱਥੇ ਗਿਆ ਖਲਾ ਮੈਂ 1 ਮਿੰਟ ਨਜ਼ਰ ਮਾਰ ਕੇ ਆਇਆ ਵੇਖਾ ਜੋੜ ਕੇ ਹੈ ਤੇਰਾ ਮਣਕਾ ਭੱਜੇ ਮੈਨੂੰ ਤੋਂ ਦਾਲ ਆਇਆ ਹੁਣ ਮੈਂ ਤੇਰੇ ਨਾਲ ਇੰਜ ਮੁਕਸਾ ਤੂੰ ਯਾਦ ਕਰ ਸੇ ਮੈਨੂੰ ਹੈਲਮਟ ਆ ਤੇਨ ਹਾਂ ਮਾਰਾ ਜਾਤੀ ਨਜ਼ਰ ਮਾਰੀ ਯਾਰ ਮੱਝ ਤੇ ਅੱਛਾ ਸੋਹਣੀ ਸਿਰਫ ਇੱਕ ਸ਼ਫਕਤ ਮੇਰੇ ਤੇ ਕਰਨੀ 5,000 ਰੁਪਈਆ ਮੇਰੇ ਕੋਲ ਘੱਟ ਪਹਿਲੇ ਤੇ ਛੱਡ ਦੇ ਜੇ ਨਹੀਂ ਛੱਡਣਾ ਤੇ ਫਿਰ ਕਿਸੇ ਲਈ ਲੈ ਲਈ 75,000 ਦੇ ਵਿੱਚ ਅੰਗਲ ਮਾਰ ਭਾਵੇਂ ਅੰਗਲ ਤੇਰੀ ਜੀਵੋ ਜੀ ਵੀ ਹੈ ਮਾਲੂਮ ਹੁੰਦਾ ਪੈਸੇ ਦੇ ਵਿੱਚ ਖੇਡਾਂ ਵਾਲਾ ਜਵਾਨ ਵਾਹ ਵਾਹ ਹੈ ਜੀ ਸਦਕੇ ਜਾਵਾਂ ਤੇਰੀਆਂ ਗਿਣਤੀਆਂ ਤੂੰ ਠੀਕ ਹੈ ਗਾਲੜ ਬੇਰ ਖਾਂਦਾ ਸਹੀ ਖੋਲ ਲਵਾਂ ਜੀ ਹੋਰ ਤੇਰਾ ਹੱਥ ਮੈਂ ਡੱਕ ਸਕਦਾ ਹੈ ਬੜੀ ਮਾਮੇ ਕਹਿੰਦੇ ਆਜ਼ਮ ਦੇ ਵਿੱਚ ਤਾਕਤ ਇਤਣੀ ਹੈ ਕਿਆ ਬਾਤ ਸੋਹਣੇ ਮਾਲਕ ਦੇ ਕਰਮ ਹੀ ਸਾਡੇ ਕੋਲ ਪੈਸਾ ਬੜਾ ਟੈਨਸ਼ਨ ਨਾ ਲੈ ਜਿਹੜਾ ਕੰਮ ਨਾ ਹੁੰਦਾ ਹੋਵੇ ਨਾ ਉਹ ਹੋ ਜਾਂਦਾ ਖੋਲ ਲਵਾਂ ਲੈ ਜਾ ਤੂੰ ਤੈਨੂੰ ਪਤਾ ਲੱਗ ਸੀ ਮੇਰਾ ਇੱਕ ਦੀ ਖੋਲ ਤੇ ਲੈ ਤੇ ਜਾ ਤਾਂ ਸਹੀ ਤੇਰੇ ਸਿਰ ਦੇ ਉੱਤੋਂ ਮੈਂ ਟਰੈਕਟਰ ਤੇ ਹਲ ਨਾ ਵਹਾਵਾਂ ਤਾਂ ਮੈਨੂੰ ਹੈਲਮਟ ਕਾਹੇ ਆਖਣਾ ਹੈਲੋ
ਉਹ ਇੱਥੇ ਸਾਡੀ ਜੋਟੀ ਖਾਲੀ ਆਈ ਮੈਂ ਜੋਟੀ ਕੋਈ ਗੰਜਾ ਜਿਹਾ ਆਇਆ ਤੋ ਲੈ ਗਿਆ ਕਿਹਦੇ ਤੇ ਜੋਟੀ ਸਾਡੀ ਕਿਵੇਂ ਛੋੜੀ ਵਾਈ ਨਾ ਭਾਈ ਜਾਨ ਕੋਲ ਮੁੱਲ ਲਈਏ ਕਿਹਦੇ ਕੋਲੋਂ ਅੱਲਾ ਦਾ ਪਤਾ ਦਿਮਾਗ ਸਹੀ ਹੈ ਤਾਂ ਹੇ ਗੁੰਗਾ ਇਹਦੇ ਕੋਲ ਤਲਾਸ਼ੀ ਲੈ ਤਲਾਸ਼ੀ ਅਗਰ ਪੈਸੇ ਨਿਕਲੇ ਤਾਂ ਮੁੜ ਤੂੰ ਮੁੱਲ ਲਈਏ ਨਾ ਨਿਕਲੇ ਤਾਂ ਮੁੜ ਤੋਂ ਚੋਰੀ ਕੀਤੀ ਗੱਲ ਵਪਾਰ ਦੀ ਲੈ ਹੁਣ ਫੜਾ ਕੇ ਗਏ ਹੁਣ ਗੁੰਗਾ ਬਣਿਆ ਬੈਠਾ ਪੈਸਾ ਕੋਈ ਨਹੀਂ ਪੈਸਾ ਕੋਈ ਨਹੀਂ ਕੋਲ ਬਾਉ ਪੈਸੇ ਕੋਈ ਨਹੀਂ ਤੂੰ ਚੋਰੀ ਖੋਲੀਏ ਜੋਟੀ ਤੇ ਤੂੰ ਤੈਨੂੰ ਥਾਣੇ ਦੇਣਾ ਅੱਛਾ 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 ਚਲੋ ਹੁਣ ਸਬੂਤ ਦੇ ਦਿੰਨੇ ਆ ਤੁਹਾਨੂੰ ਉਹ ਸਬੂਤ ਹੈ ਬਸ ਤੇਰਾ ਡਰਾਮਾ ਬਹੁਤ ਹੋ ਗਿਆ ਹੁਣ ਗੁੰਗਿਆਂ ਦਾ ਬੰਦ ਕਰ ਦੇ ਬੋਲਦਾ ਪਿਆ 75,000 ਇਹਨਾਂ ਦਾ ਮਸਲਾ ਆਪਾਂ ਮਾਝ ਖੋਲੀਏ ਤੇ ਚਲੀਏ ਪੈਸੇ ਲੈਣ ਲੱਗਿਆ ਤੇ ਜ਼ਬਾਨ ਵੀ ਕੰਮ ਕਰਨ ਦਾ ਓਏ ਮੈਡਮ ਤੂੰ ਹਟ ਜਾ ਇੱਧਰ ਸਾਈਡ ਤੋਂ ਭਾਈ ਜੀ ਸਾਈਡ ਤੇ ਸਮਾਜ ਲੈ ਚੱਲੇ ਆ ਸਹੀ ਇਹ ਬੰਦਾ ਬਿਠਾਇਆ ਤੁਸੀਂ ਅਸੀਂ ਨਹੀਂ ਬਿਠਾਇਆ ਇਹ ਜਾਣੇ ਤੋਂ ਤੁਸੀਂ ਜਾਣੋ ਅਸੀਂ ਚੱਲੇ ਆ ਮਾਝ ਖੋਲ ਕੇ ਓ ਮਾਝ ਲੈ ਨਾ ਯਾਰ ਇੱਕ ਮਿੰਟ ਸਾਡਾ ਰੋਲਾ ਮੁੱਕਣ ਦੇ ਓਏ ਪਾਡਾ ਰੋਲਾ ਤੁਹਾਡੇ ਨਾਲ ਏ ਓ ਭਾਈ ਮਾਝ ਨਹੀਂ ਖੋਲਣੀ ਕਿਉਂ ਨਹੀਂ ਖੋਲਣੀ ਇਹ ਤੁਸੀਂ ਹੋਈ ਫਰਾਡੀ ਏ ਫਰਾਡੀ ਓ ਆ ਗੱਲ ਇਹ ਦੇ ਕੀ ਗੱਲ ਏ ਤੂੰ ਲੰਬਰ ਮਲਾ ਓ ਗੱਲ ਸੁਣ ਇਸ ਮਿੰਟ ਤੂੰ ਮਾਝ ਨਹੀਂ ਖੋਲ ਲੈਣਾ ਤੇ ਓਹ ਭਾਈ ਗੱਲ ਸੁਣ ਕੀ ਏ ਤੁਸੀਂ ਰੱਲੇ ਹੋਈ ਹੋ ਇਹ ਬੰਦੇ ਤੁਸੀਂ ਗੁੰਗਾ ਬਣਾਇਆ ਤੂੰ ਸਾਨੂੰ ਲਾਓ ਸਿੱਧਾ ਅੱਛਾ ਵੀਡੀਓ ਨਾ ਬਣਾਉਂਦੇ ਅਸੀਂ ਤੇ ਫਸ ਜਾਣਾ ਸੀ ਆ ਜਾ ਮਾਝ ਖੋਲੀ ਚਲੀ ਓ ਨਹੀਂ ਯਾਰ ਜਾਣ ਦੇ ਯਾਰ ਇੱਕ ਮਿੰਟ ਡਰ ਨੂੰ ਜਾਣ ਦੇ ਤੇਰਾ ਗੱਲ ਹਾਂ ਭਾਈਓ ਓਏ ਓ ਸੜਿਆ ਟਾਇਰ ਤੂੰ ਤਾਂ ਗੁੰਗਾ ਬਾੜ ਕੇ ਮੈਂ ਤੇਰੇ ਤੇ ਅੱਲਾ ਤਰਸੀ ਕੀਤੀ ਤੂੰ ਸਾਡੇ ਨਾਲ ਇੱਥੇ ਫਰਾਡ ਲਾਇਆ ਹੁਣ ਬੋਲ ਵੀਡੀਓ ਕਿਵੇਂ ਚਾ 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 ਹੁਣ ਕਾਲ ਚਾ 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 ਸਿੱਧਾ ਬੋਲ ਸਿੱਧਾ ਬੋਲ ਬੋਲ 80,000 ਦੀ ਓ ਸਿੱਧਾ ਬੋਲ ਹੈ ਇਹ ਮਾਲੂਮ ਹੁੰਦਾ ਪਿਆ ਇਹ ਦੇਖ ਨਾ ਖਲੋ ਛੱਡ ਚਿੱਟਾ ਸੂਟ ਵੇਖ ਪਾਇਆ ਜਿਵੇਂ ਚੂਨੇ ਕਾ ਫਸਿਆ ਬੈਠਾ ਹੋਏ ਸਿੱਧੀ ਗੱਲ ਕਰੋ 75,000 ਕਿੱਥੇ ਗਏ 75,000 ਚੁੱਪ ਕਰੇ ਸਦਾ ਮੈਂ ਬੋਲੇ ਸਾ ਆਹਾਂ ਹੁਣ ਵੇਖ ਬੋਲਿਆ ਵੇਖ ਹੁਣ ਹੁਣ ਖਤਮ ਮੈਂ ਤੁਹਾਨੂੰ ਪੈਸੇ ਚਾਹ ਦੇਣਾ ਜਿੱਥੇ ਰੱਖੇ ਚੱਲ ਜਾ ਦੇ ਪੈਸੇ ਚਾਹ ਦੇ ਉੱਠ ਚਬਲ ਆ ਜੇ ਮੈਂ ਚਬਲ ਬਣਾਇਆ ਮੈਂ ਚਬਲ ਆ ਉਹ ਤੂੰ ਸਾਨੂੰ ਚਬਲ ਬਣਾਇਆ ਚਬਲ ਤੂੰ ਸਾਨੂੰ ਬਣਾਇਆ ਖਲਾ ਉਹ ਤੂੰ ਨਮਾਜ਼ ਪੜ੍ਹ ਗਿਆ ਤੇ ਚੋਰੀ ਨੇ ਸ਼ੁਰੂ ਹੋ ਗਏ ਬੁੜਾ ਬੰਦਾ ਹੋ ਗਿਆ ਆਰਾਮ ਕਰ ਲੈ ਆਰਾਮ ਚੱਲ ਮੈਂ ਸਾਰਾ ਤੁਹਾਨੂੰ ਤਿੰਨੇ ਇਮਾਨਦਾਰਾ ਕੀ ਹੈ ਤੈਨੂੰ ਬੇਈਮਾਨ ਤੂੰ ਸਾਨੂੰ ਪੈਸੇ ਚਾਹ ਪੈਸੇ ਚਾਹ ਤੂੰ ਆ ਫਿਰ ਕੇ ਸਮਝਾਈ ਤੂੰ ਚੁੱਪ ਕਰ ਇਮਾਨਦਾਰ ਜਦੋਂ ਦਸੇਂਦਾ ਪਿਆ ਜੀ ਅੱਜ ਹੇਠੋ ਏ ਝੂਠ ਮਰਦਾ ਪਿਆ ਹੁਣ ਮੋੜ ਉਹ ਚਾਹ ਲਿਆ ਛੱਜ ਛੱਜ ਕੀ ਕਰ ਚਾਹ ਤਾਂ ਲਾਇਆ ਮੈਂ ਲੈਣਾ
ਇੱਥੋਂ ਪੈਸੇ ਚੌਕ ਹੈ, ਜੋਟੀ ਚੌਕ ਹੈ, ਆਹ ਫੱਦਣਾ ਫੱਦ ਫੱਦ ਆਹ ਸਾਰਾ ਹੋਲ ਚਾਹ ਕੇ ਤੇ ਆ ਵਾਹ ਜੇ ਸੱਟਣਾ ਇਹ ਜਿਤਨਾ ਹੋਲ ਪਿਆ ਤੇਰੀ ਇਹ ਸਦਾ ਹੈ ਤੋਂ ਖਿਲਾਰਨਾ ਲਿਓ ਮਾਝੀ ਗਈ ਪੈਸੇ ਹੀ ਗਏ ਤੇ ਮੈਂ ਚਵਲ ਹੈ।